ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਹੋਕਾ ਤਾਂ ਸਾਡੀ ਸਰਕਾਰ ਕਾਫੀ ਦਿੰਦੀ ਹੈ, ਪਰ ਇਸ ਹੋਕੇ ਦੀ ਫੂਕ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਨੇ ਕੱਢ ਦਿੱਤੀ ਹੈ ਅਤੇ ਹੁਣ ਪੰਜਾਬ ਸਰਕਾਰ ਇਸ ਮਾੜੇ ਨਤੀਜੇ ਤੋਂ ਬਾਅਦ ਚਿੰਤਾ ਪ੍ਰਗਟ ਕਰਦੀ ਵੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਹੁਣ ਕਾਂਗਰਸ ਸਰਕਾਰ ਸੂਬੇ ਦੇ ਵਿੱਚ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਕੋਸ਼ਿਸ਼ ਕਰੇਗੀ। ਇਹਦਾ ਮੋਟਿਵ ਤਾਂ ਇਹੀ ਸੀ ਜੀ, ਪ੍ਰਾਇਮਰੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ, ਜਿੱਥੇ ਸਾਡੇ ਸਕੂਲਾਂ ਦੇ ਵਿੱਚ ਬਹਿਣ ਨੂੰ, ਜਿੱਥੇ ਸਾਡੇ ਸਕੂਲਾਂ 'ਚ ਬਹਿਣ ਨੂੰ ਬੈਂਚ ਵੀ ਨਹੀਂ ਸੀ। ਅਸੀਂ ਥੋੜ੍ਹੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਸਮਰਪਣ ਪ੍ਰੋਗਰਾਮ ਦੇ ਅੰਦਰ ਉਹਨਾਂ ਸਕੂਲਾਂ ਨੂੰ ਬੈਂਚ ਦਿੱਤੇ ਆ, ਹੋਰ ਮੁੱਢਲੀਆਂ ਸਹੂਲਤਾਂ ਦਿੱਤੀਆਂ ਨੇ, ਜਿਹੜੀਆਂ ਕਿ ਚੀਜ਼ਾਂ ਅਸੀਂ ਘਾਟ ਸੀ ਉੱਥੇ ਉਹ ਪੂਰੀਆਂ ਕੀਤੀਆਂ ਨੇ। ਅੱਜ ਅਸੀਂ 101 ਸਕੂਲ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਬਣਾ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਅੱਛਾ ਸਮਝ ਆ ਸਕੇ, ਬੱਚੇ ਗੇਨ ਕਰ ਸਕਣ, ਬੱਚਿਆਂ ਨੂੰ ਬੜੀਆਂ ਕਲਾਸਾਂ ਵਿੱਚ ਜਾ ਕੇ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਕਰਕੇ ਦਿੱਤੇ ਗਏ ਨੇ। ਸਾਡੇ ਕੋਲ 101 ਸਕੂਲ ਕਵਰ ਕੀਤਾ, ਕੋਈ 4000 ਬੱਚਾ ਹੈ ਨੀਅਰ ਅਬਾਊਟ, ਥੋੜ੍ਹਾ ਬਹੁਤਾ ਘੱਟ ਵੱਧ ਹੋਏਗਾ। ਅਸੀਂ 101 ਸਕੂਲ ਕਵਰ ਕੀਤਾ। ਦੇਖੋ ਅਲੱਗ ਅਲੱਗ ਕੋਟੇਸ਼ਨ ਆਈਆਂ ਨੇ, 20 ਤੋਂ 25 ਹਜ਼ਾਰ ਰੁਪਇਆ ਇੱਕ ਸਮਾਰਟ ਕਲਾਸਰੂਮ ਨੂੰ ਲੱਗਦਾ ਹੈ। ਔਰ ਉਹਦੇ ਅੰਦਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਈ ਵਾਰੀ ਬੱਚਿਆਂ ਦੇ ਪੇਰੈਂਟਸ ਦਾ ਹੁੰਦਾ ਹੈ ਕਿ ਉਹ ਫਲਾਂ ਟੀਚਰ ਬਹੁਤ ਅੱਛਾ ਪੜ੍ਹਾਉਂਦਾ, ਦੂਸਰੇ ਟੀਚਰ ਦਾ ਸਮਝ ਨਹੀਂ ਆਉਂਦਾ। ਇਹ ਜਿਹੜਾ ਇੱਕ ਮੂਵੀ ਦੇ ਰੂਪ ਦੇ ਵਿੱਚ ਪ੍ਰੋਜੈਕਟਰ 'ਤੇ ਬੱਚੇ ਦੇਖਣਗੇ ਅਤੇ ਉਹਨਾਂ ਨੂੰ ਸਾਰਾ ਸਮਝ ਆਏ। ਅਸੀਂ ਇੱਦਾਂ ਦਾ ਸਿਸਟਮ ਸਰਕਾਰੀ ਸਕੂਲਾਂ 'ਚ ਬਣਾ ਦਾਂਗੇ। ਮੈਂ ਸਮਝਦਾ ਕਿ ਕੁਛ ਸਮੇਂ ਬਾਅਦ ਕੋਈ ਐਡਾ ਵੱਡਾ ਫਰਕ ਨਹੀਂ ਰਹਿ ਜਾਏਗਾ ਪ੍ਰਾਈਵੇਟ ਔਰ ਸਰਕਾਰੀ ਦਾ। ਇੰਨਾ ਵਧੀਆ ਸਿਸਟਮ ਸਾਡੀ ਸਰਕਾਰ ਕਰਨ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਅੰਦਰ, ਅੱਜ ਜਿਹੜੀ ਸ਼ੁਰੂਆਤ ਕੀਤੀ ਹੈ ਤੁਸੀਂ ਦੇਖ ਹੀ ਰਹੇ ਹੋ।